स्वागत है किसान वीरों तुहाडा यूट्यूब चैनल सिद्धक डेयरी फार्मिंग दे विच। किसान वीरों अज जिहड़ी वीडियो बना रहे हैं पिंड बदनी कलां, यह मोगे जिले का पिंड है। मोगे तो बरनाला मेन रोड दे उत्ते दोस्तों यह पिंड आउंदा है। बहुत सारिया वीडियो बदनी कलां चो बनाईयां पहलां भी चैनल ते अपलोड है। अज एक देसी दोस्तों गां दिखाउणी है, बहुत पसंद बहुते वीर करदे आ घर दे विच दुध पीण वास्ते देसी गां नूं। सो अज दोस्तों एक देसी वैड जिहड़ी वकाऊ बाई ने कीती इहदी वीडियो बनाउण लगे हैं। जिहनूं पसंद आऊगी दोस्तों तसल्ली हरेक पक्ष तों तुसीं करनी है, आ के देख के तुसीं खरीद सकदे हो। आओ बाई नूं गल्लबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਦੱਸੋ ਜੀ ਆਪਣਾ। ਸੁਖਪਾਲ ਸਿੰਘ ਜੀ। ਠੀਕ ਹੈ ਸੁਖਪਾਲ ਬਾਈ, ਇਹ ਜਿਹੜੀ ਵਹਿੜ ਆਪਾਂ ਵੇਚਣੀ ਹੈ ਆਪਣੇ ਘਰ ਦੀ ਹੈ? ਨਹੀਂ ਆਪਾਂ ਲਈ ਸੀ 6 ਮਹੀਨੇ ਦੇ ਕਿਸੇ ਤੋਂ, ਇਹ ਸਾਈਵਾਲ ਆ, ਸਾਈਵਾਲ ਗਾਂ ਦੀ ਹੈ ਜੀ। ਠੀਕ ਹੈ ਸਾਈਵਾਲ ਗਾਂ ਦੀ, 6 ਮਹੀਨਿਆਂ ਦੀ ਉਮਰ ਦੀ ਸੀ ਜਦੋਂ ਲਈ ਸੀ। ਚੇ ਲਿਆਂਦੀ ਮਤਲਬ ਵੈਸੇ ਸਾਂਭਣ ਵਾਸਤੇ ਜਾਂ ਘਰੇ ਦੁੱਧ ਪੀਣ ਵਾਸਤੇ? सीमने ਠੀਕ ਹੈ ਗਿਆ ਦਾ ਭਰਾਇਆ ਤੇ ਉਹਦਾ ਸਟਰਾ ਸੰਭਦਾ ਹੈ? ਹਾਂ ਜੀ ਹਾਂ ਬਾਈ, ਬਾਕੀ ਆਪਣੀ ਗਾਰੰਟੀ ਹੈ ਵੀ ਆਪਾਂ ਤਹੱਲੀ ਵਾਲੀ ਗੱਲ ਆ ਵੀ ਅਸੀਂ ਕੋਈ ਗੱਲ। ਠੀਕ ਹੈ ਸਰ, ਰੇਟ ਦਾ ਡਿਮਾਂਡ ਕੀ ਕਰਦੇ? ਰੇਟ ਬਾਈ 40,000। 40,000 ਠੀਕ ਹੈ ਦੋਸਤੋ, 40,000 ਡਿਮਾਂਡ ਹੈ। ਰੇਟ ਮੌਕੇ ਤੇ ਕੁਝ ਘਟ ਜਾਊਗਾ, ਜਿੰਨਾ ਮੰਗਿਆ ਕਦੇ ਉਹਨਾਂ ਮਿਲਦਾ ਨਹੀਂ ਹੁੰਦਾ। ਪਰ ਦੋਸਤੋ ਵਹਿੜ ਤੁਹਾਨੂੰ ਦਿਖਾਉਣਾ ਜਿਹੜਾ ਵੀਰ ਦੇਸੀ ਨਸਲ ਪਸੰਦ ਕਰਦਾ, ਛੋਟੀ ਉਮਰ ਦੇ ਵਿੱਚ ਹੀ ਪਹਿਲਾ ਸੂਆ ਸੂ ਪੈਣੀ ਹੈ। ਇੱਕ ਦੰਦ ਹਜੇ ਸਿੱਟਿਆ ਦੋਸਤੋ, ਦੂਜਾ ਹਜੇ ਖੜਾ, ਇਹਦਾ ਮਤਲਬ ਹਜੇ ਪ੍ਰੋਪਰ ਦੋਂਦੀ ਨਹੀਂ ਇਹ ਹੋਈ। ਥੋੜੇ ਦਿਨ ਪਹਿਲਾਂ ਇਹ ਮੰਨ ਲਓ ਵੀ ਖੀਰੀ ਸੀਗੀ ਤੇ ਖੀਰੀ ਸੂ ਪੈਣਾ। ਖੋਲ ਕੇ ਮੜਾ ਤੋੜ ਦੇ ਬਈ, ਤੋੜ ਕੇ ਦੋਸਤੋ ਦਿਖਾਵਾਂਗੇ। ਤੇ ਵੀਰ ਦਾ ਘਰ ਤੁਹਾਨੂੰ ਦਿਖਾਉਣਾ ਦੋਸਤੋ, ਇੱਧਰ ਬੈਕ ਸਾਈਡ ਤੇ ਪਸ਼ੂ ਹੈ, ਉਹਦੇ ਕਰਕੇ ਥੋੜਾ ਜਿਹਾ ਉਪਰੇ ਬੰਦੇ ਤੋਂ ਪਸ਼ੂ ਘਬਰਾ ਸਕਦਾ। ਇਹ ਤਾਂ ਦਿਖਾਤਾ ਵੀ ਕਿਉਂਕਿ ਜਿਹੜਾ ਉਹ ਲੋਕੇਸ਼ਨ ਜਿਹੜੀ ਉਹ ਡਿਪੈਂਡ ਕਰਦਾ ਉਹਦੇ ਤੇ, ਪਸ਼ੂਆਂ ਦੇ ਜਿਹੜੇ ਸੁਭਾਅ ਦੇ ਉੱਤੇ। ਜੇ ਫਰੰਟ ਤੇ ਪਸ਼ੂ ਹੈ, ਕੋਈ ਨਾ ਕੋਈ ਵੀਰ ਘਰਾਂ ਚ ਆਉਂਦਾ ਜਾਂਦਾ ਰਹਿੰਦਾ ਤਾਂ ਪਸ਼ੂ ਘੱਟ ਘਬਰਾਉਂਦੇ ਆ, ਘੱਟ ਡਰਦੇ ਆ। ਪਰ ਜਦੋਂ ਇੱਦਾਂ ਦੋਸਤੋ ਆਪਾਂ ਬੈਕ ਸਾਈਡ ਤੇ ਪਸ਼ੂ ਹੁੰਦੇ ਆ, ਕੋਈ ਆਉਂਦਾ ਨਹੀਂ ਉੱਪਰਾ ਬੰਦਾ, ਤਾਂ ਪਸ਼ੂ ਡਰਦੇ ਆ। ਦੇਸੀ ਨਸਲ ਦਾ ਬਾਈ ਨੂੰ ਸ਼ੌਂਕ ਆ ਦੋਸਤੋ, ਇੱਕ ਵੱਛੀ ਦੇਖ ਸਕਦੇ ਹੋ, ਬਹੁਤ ਸੋਹਣੇ ਰੰਗ ਰੂਪ ਦੀ ਬਾਈ ਨੇ ਐਚ ਐਫ ਦੇ ਸਾਹੀਵਾਲ ਟੀਕਾ ਭਰਾ ਕੇ ਤਿਆਰ ਕੀਤੀ ਹੈ। ਇਹ ਛੋਟੀ ਉਮਰ ਦੇ ਵਿੱਚ ਹੀ ਹੈ, 7 ਕੁ ਮਹੀਨੇ ਬਾਈ ਹਜੇ, 7-8 ਮਹੀਨੇ ਉਮਰ ਆ ਦੋਸਤੋ। ਸਿਰ ਪਵਾਨਾ ਇਸੇ ਤਰ੍ਹਾਂ ਤੁਰਦੀ ਤੋਂ ਥੋੜਾ ਅੰਦਾਜ਼ਾ ਲਾ ਲਓ, ਉਮੀਦ ਹੈ ਵੀ ਇਹ ਜਦੋਂ ਖੋਲ ਕੇ ਤੋਰਾਂਗੇ ਉਦੋਂ ਥੋੜਾ ਬਹੁਤਾ ਭੱਜ ਨੱਸ ਕਰੂਗੀ। ਸੋ ਦੋਸਤੋ ਜਿਹਨੂੰ ਦੇਸੀ ਗਾਂ ਪਸੰਦ ਆਉਂਦੀ ਹੈ, ਘਰ ਚ ਰੱਖਣੀ ਚਾਹੁੰਦਾ, ਦੋਸਤੋ ਇਸੇ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਵਾਨਾ। ਸੋ ਸੋਹਣਾ ਹਵਾਨਾ ਬਣਾਉਂਦੀ, ਥੋੜੀ ਜਿਹੀ ਤੱਕ ਅੱਗੇ ਨੂੰ ਹੈਗੀ ਹੈ, ਥੋੜਾ ਜਿਹਾ ਅੱਗੇ ਨੂੰ ਪੈਰ ਪਤਾਓ ਬਾਈ ਜੀ ਦਾ, ਇੱਥੋਂ ਦੋਸਤੋ ਹਵਾਨਾ ਬਸ। ਠੀਕ ਹੈ ਵੀਰੇ, ਹਵਾਨਾ ਦੋਸਤੋ ਤੁਹਾਨੂੰ ਦਿਸ ਗਿਆ, ਜਿਹੜੀ ਮੇਨ ਚੀਜ਼ ਦਿਖਾਉਣੀ ਹੁੰਦੀ ਹੈ। ਥੋੜਾ ਜਿਹਾ ਭੱਜਦੀ ਹੈ ਕਿਉਂਕਿ ਇੱਕ ਤਾਂ ਥੋੜੇ ਥਾਂ ਦੇ ਵਿੱਚ ਬੱਧੇ ਰਹਿੰਦੇ ਆ ਪਸ਼ੂ, ਛੋਟੀ ਉਮਰ ਹੈ। ਬੰਦ ਹੋ ਜੀ ਬਸ ਹਵਾਨਾ, ਫਿਰ ਵੀ ਤੁਹਾਨੂੰ ਕੋਸ਼ਿਸ਼ ਕਰੂੰਗਾ ਇੱਥੋਂ ਦਿਖਾਉਣ ਦੀ। ਅਗਲੇ ਹਵਾ ਥਣਾਂ ਦੇ ਉੱਤੇ ਜੋਸ਼ ਵੱਧ ਹੈ, ਅਗਾਂਹ ਨੂੰ ਹਵਾਨਾ ਥੋੜ੍ਹਾ ਜਿਹਾ ਵੱਧ ਕੱਢੂਗੀ। ਹਵਾਨਾ ਪਿੱਛੇ ਉਹ ਵੀ ਚੌੜਾ ਦਿਖਾਉਂਦੀ ਹੈ, ਹਜੇ ਦਿਨ ਇਹਨੇ ਲੈ ਜਾਣੇ ਕਿਉਂਕਿ ਉੱਤੋਂ ਢਿੱਲ ਜਿਹੜੀ ਉਹ ਕਾਫੀ ਹਜੇ ਇਹਦੇ ਪਈ ਹੈ। ਸੋ ਜਿਹਨੂੰ ਪਸੰਦ ਆਵੇ ਦੋਸਤੋ ਦੇਸੀ ਵੈੜ, ਕੰਟੈਕਟ ਬਾਈ ਨਾਲ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਲੱਗਾ, ਆ ਕੇ ਦੇਖ ਲਿਓ, ਤਸੱਲੀ ਕਰ ਲਿਓ। ਜਿੱਦਾਂ ਦੀ ਵੀਡੀਓ ਮੈਂ ਬਣਾ ਸਕਦਾ ਸੀ ਡਰਦੇ ਪਸ਼ੂ ਤੋਂ, ਉਸ ਹਿਸਾਬ 'ਤੇ ਤੁਹਾਨੂੰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਕੋਸ਼ਿਸ਼ ਕਰੂੰਗਾ ਇਹਦਾ ਹਵਾਨਾ ਤੁਹਾਨੂੰ ਇੱਥੋਂ ਦਿਖਾਉਣ ਦੀ। ਇਸ ਤਰੀਕੇ ਦਾ ਹਵਾਨਾ ਦੋਸਤੋ ਇਹ ਵੈਰ ਬਣਾ ਰਹੀ ਹੈ, ਸੋਹਣਾ ਹਵਾਨਾ ਬਣਾਊਗੀ। ਜਿਹਨੂੰ ਪਸੰਦ ਆਵੇ ਕਾਲ ਬਾਈ ਨੂੰ ਕਰ ਸਕਦੇ ਹੋ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।